ਕੇਂਦਰੀ ਮੰਤਰੀ ਅਤੇ ਪ੍ਰਦੇਸ਼ ਪ੍ਰਧਾਨ ਵਿਜੇ ਸਾਂਪਲਾ ਨੇ ਭਾਵੇਂ ਹੁਸ਼ਿਆਰਪੁਰ ਵਿੱਚ ਆਪਣੇ ਦਫ਼ਤਰ ਵਿੱਚ ਲੋਕਾਂ ਲਈ ਖੁੱਲ੍ਹਾ ਦਰਬਾਰ ਲਗਾ ਕੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਅਤੇ ਉਹਨਾਂ ਦਾ ਮੌਕੇ ਤੇ ਹੱਲ ਵੀ ਕੀਤਾ। ਉੱਥੇ ਹੀ ਸਾਂਪਲਾ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆਮ ਆਦਮੀ ਪਾਰਟੀ ਨੂੰ ਨਿਸ਼ਾਨੇ ਤੇ ਲੈਂਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਰਕਰ ਹੁਣ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਨੇ, ਕਿਉਂਕਿ ਉਹਨਾਂ ਦੇ ਦਿੱਲੀ ਤੋਂ ਆਏ ਲੋਕ ਆਪਣੀਆਂ ਦੁਕਾਨਾਂ ਬੰਦ ਕਰਕੇ ਦੌੜ ਚੁੱਕੇ ਨੇ। ਉੱਥੇ ਹੀ ਉਹਨਾਂ ਪੰਜਾਬ ਵਿੱਚ ਮੌਜੂਦਾ ਕਾਂਗਰਸ ਸਰਕਾਰ ਨੂੰ ਨਿਸ਼ਾਨੇ ਤੇ ਲੈਂਦੇ ਹੋਏ ਕਿਹਾ ਕਿ ਕਿਸਾਨਾਂ ਦੇ ਕਰਜ਼ ਮਾਫ਼ੀ ਦੇ ਮਾਮਲੇ ਵਿੱਚ ਸਰਕਾਰ ਹੁਣ ਦੇਰੀ ਕਰ ਰਹੀ ਹੈ ਅਤੇ ਇਸ ਦੇ ਨਾਲ ਹੀ ਇਹ ਵੀ ਕਿਹਾ ਕਿ ਕਿਸਾਨ ਪਹਿਲਾਂ ਹੀ ਕਰਜ਼ੇ ਦੇ ਬੋਝ ਹੇਠਾਂ ਦੱਬੇ ਹੋਏ ਨੇ ਅਤੇ ਹੁਣ ਸਮਾਂ ਮੰਗ ਕੇ ਕਾਂਗਰਸ ਕਿਸਾਨਾਂ ਨਾਲ ਖਿਲਵਾੜ ਕਰ ਰਹੀ ਹੈ। ਦੇਖੋ, ਇਹ ਗੱਲ ਦਾ ਤਾਂ ਅਸੀਂ ਸ਼ੁਰੂ ਤੋਂ ਕਹਿੰਦੇ ਆਏ ਹਾਂ ਕਿ ਆਮ ਆਦਮੀ ਪਾਰਟੀ ਕੋਈ ਰਾਜਨੀਤਿਕ ਦਲ ਹੀ ਨਹੀਂ ਹੈ, ਇਹ ਤਾਂ ਇੱਕ ਡਰਾਮਾਟਿਕ ਕਲੱਬ ਹੈ। ਅੱਜ ਉਹ ਸਾਡੇ ਉਹ ਹੀ ਸ਼ਬਦ ਸਾਰਥਕ ਹੁੰਦੇ ਨਜ਼ਰ ਆ ਰਹੇ ਨੇ ਕਿ ਅੱਜ ਉਹਨਾਂ ਦਾ ਰੋਲ ਖਤਮ ਹੋ ਗਿਆ ਔਰ ਉਹਨਾਂ ਤੋਂ ਬਾਅਦ ਕਲਾਕਾਰ ਦਾ ਕੀ ਹਾਲ ਹੁੰਦਾ, ਉਹ ਹੀ ਸੇਮ ਇੱਥੇ ਪੋਜੀਸ਼ਨ ਨਜ਼ਰ ਆ ਰਹੀ ਹੈ। ਅੱਜ ਜੇ ਪੰਜਾਬ ਦੀ ਲੀਡਰਸ਼ਿਪ ਇਹ ਕਹਿ ਰਹੀ ਹੈ ਕਿ ਸਾਨੂੰ ਕੇਂਦਰ ਦਾ ਕੋਈ ਵਿਅਕਤੀ ਪੁੱਛਦਾ ਹੀ ਨਹੀਂ, ਤਾਂ ਇਹਦੇ ਤੋਂ ਆਪਣੇ ਆਪ ਅੰਦਾਜ਼ਾ ਲਗਾ ਦੇਣਾ ਚਾਹੀਦਾ, ਲੱਗ ਜਾਣਾ ਚਾਹੀਦਾ ਕਿ ਆਮ ਆਦਮੀ ਪਾਰਟੀ ਪੰਜਾਬ ਨੂੰ ਲੈ ਕੇ ਕਿੰਨੀ ਗੰਭੀਰ ਸੀ। ਉਹ ਸਿਰਫ ਇੱਥੋਂ ਪੰਜਾਬ ਦੇ ਲੋਕਾਂ ਨੂੰ ਠੱਗਣ ਦੇ ਲਈ ਆਏ ਸੀ, ਆਪਣੀ ਵਪਾਰਿਕ ਦ੍ਰਿਸ਼ਟੀ ਨਾਲ ਲੋਕਾਂ ਦੇ ਕੋਲ ਪੈਸਾ ਇਕੱਠਾ ਕਰਨ ਲਈ ਆਏ ਸੀ। ਉਹ ਪੈਸਾ ਉਹਨਾਂ ਨੇ ਇਕੱਠਾ ਕਰ ਲਿਆ, ਪਰ ਪੰਜਾਬ ਦੇ ਲੋਕ ਜਿੱਦਾਂ ਇੱਥੇ ਕਈ ਵਾਰੀ ਤੁਸੀਂ ਦੇਖਿਆ ਹੋਣੇ, ਬਹੁਤ ਸਾਰੀਆਂ ਜਿਹੜੀਆਂ ਫਾਈਨਾਂਸ ਕੰਪਨੀਆਂ ਦੌੜ ਜਾਂਦੀਆਂ ਔਰ ਬਾਅਦ 'ਚ ਜਿਹੜੇ ਇੱਥੇ ਦੇ ਮੁਲਾਜ਼ਮ ਹੁੰਦੇ ਉਹਨਾਂ ਨੂੰ ਕਿੰਨੀ ਤਕਲੀਫ ਹੁੰਦੀ ਹੈ। ਅੱਜ ਉਸੇ ਤਰ੍ਹਾਂ ਦਾ ਮਹਿਸੂਸ ਇਹ ਹੋ ਰਿਹਾ ਕਿ ਜਿੱਦਾਂ ਕੋਈ ਫਾਈਨਾਂਸ ਕੰਪਨੀ ਆਪਣਾ ਪੈਸਾ ਲੈ ਕੇ ਲੋਕਾਂ ਦਾ ਦੌੜ ਗਈ ਹੈ, ਔਰ ਇੱਥੇ ਦੇ ਜਿਹੜੇ ਉਹਨਾਂ ਦੇ ਮੁਲਾਜ਼ਮ ਸੀ ਉਹ ਅੱਜ ਪੀੜਿਤ ਨੇ, ਉਹ ਲੋਕਾਂ ਦੀਆਂ ਮਿਹਣੇ ਤਾਣੇ ਸੁਣਨ ਲਈ। ਸੋ ਇਹੀ ਇੱਕ ਹਾਲ ਜਿਹੜਾ ਸਾਡੇ ਸਾਹਮਣੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਆ, ਔਰ ਮੈਂ ਤਾਂ ਪਹਿਲਾਂ ਤੋਂ ਕਹਿੰਦਾ ਸੀ ਕਿ ਇਹ ਪਾਰਟੀ ਗੰਭੀਰ ਪਾਰਟੀ ਹੈ ਹੀ ਨਹੀਂ, ਮਜ਼ਾਕ ਕਮੇਡੀਅਨ ਜੇ ਉਲਟਾ ਸਿੱਧਾ ਜੋ ਇਹਦੇ ਲਈ ਕਹਿ ਸਕਦੇ ਸੀ, ਉਹ ਇੱਕ ਵਪਾਰੀ ਸੀ। ਅੱਜ ਉਹਨਾਂ ਨੂੰ ਹੱਟੀ ਬੰਦ ਹੋ ਗਈ ਹੈ ਤੇ ਉਹਨਾਂ ਨੇ ਇੱਥੇ ਪੁੱਛਣਾ ਬੰਦ ਕਰ ਦਿੱਤਾ। ਜਦ ਵੀ ਮੌਜੂਦਾ ਕਾਂਗਰਸ ਸਰਕਾਰ ਕਹਿ ਰਹੀ ਹੈ ਕਿ ਕਿਸਾਨਾਂ ਦੀ ਕਰਜ਼ ਮਾਫੀ ਨੂੰ ਲੈ ਕੇ ਜਿਹੜਾ ਹੈਗਾ ਹੁਣ ਸਖਤੀ ਦਾ ਸਮਾਂ ਮੰਗਿਆ, ਕੀ ਉਹਦੇ ਬਾਰੇ? ਦੇਖੋ, ਇਹਨੂੰ ਤਾਂ ਮੈਂ ਮੰਦਭਾਗਾ ਕਹਿ ਸਕਾਂਗਾ, ਕਿਉਂਕਿ ਕਿਸਾਨ ਦੇ ਨਾਲ ਕਰਜ਼ਾ ਮਾਫ ਕਰਨ ਦੀ ਗੱਲ ਹੋਈ ਹੈ, ਔਰ ਕਰਜ਼ਾ ਜਦੋਂ ਕਿਸਾਨ ਦੀ ਸਮੱਸਿਆ ਨੂੰ ਅਸੀਂ ਜਾਣਦੇ ਹਾਂ ਕਿ ਜੇ ਕਿਸਾਨ ਹਾੜੀ ਸੋਣੀ ਦੀ ਫਸਲ ਦੇ ਉੱਤੇ ਪਹਿਲੀ ਪੈਸੇ ਦੇ ਦਿੰਦਾ ਔਰ ਅਗਲੇ ਨਵੇਂ ਸਿਰੇ ਬੀਜ ਦੇ ਲਈ ਲੈ ਲੈਂਦਾ, ਕਿਉਂਕਿ ਇਹਨਾਂ ਦੇ ਲਾਰਿਆਂ ਦੇ ਕਰਕੇ ਕਿਸਾਨ ਨੇ ਪੈਸੇ ਜਮ੍ਹਾਂ ਨਹੀਂ ਕਰਾਏ ਔਰ ਜਿਹਦੇ ਕਰਕੇ ਹੁਣ ਅਕਾਊਂਟ NPA ਹੋਣਗੇ, ਔਰ ਉਹਦੇ ਕਾਰਨ ਜਿਹੜਾ ਆ ਅਗਲੀ ਫਸਲ ਦੇ ਲਈ ਕਿਸਾਨ ਦੇ ਕੋਲ ਪੈਸਾ ਨਹੀਂ ਹੋਏਗਾ, ਉਹਨੂੰ ਮਜਬੂਰਨ ਸ਼ਾਹੂਕਾਰ ਦੇ ਕੋਲ ਜਾਣਾ ਪਏਗਾ, ਵੱਧ ਵਿਆਜ ਦੇ ਉੱਤੇ ਲੈਣਾ ਜਿਹੜਾ ਲੋਨ ਲਏਗਾ, ਜਿਹੜਾ ਕਿਸਾਨ ਬੈਂਕ ਦਾ ਕਰਜ਼ਾ ਨਹੀਂ ਮੋੜ ਸਕਦਾ ਕਿ ਘੱਟ ਦਰਜੇ ਦੇ ਉੱਤੇ ਵਿਆਜ ਦੇ ਉੱਤੇ ਮਿਲਦਾ, ਤਾਂ ਜਿਹੜਾ ਵਿਆਜ ਦੇ ਵਿੱਚ ਜਿਹੜਾ ਦੱਬ ਜਾਏਗਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨ ਲਈ ਪੀੜਿਤ ਹੋਵੇ। ਇਹਦੇ ਲਈ ਤਾਂ ਇਮੀਡੀਏਟ ਫੈਸਲਾ ਲੈਣਾ ਚਾਹੀਦਾ ਸੀ, ਜਿਸ ਤਰ੍ਹਾਂ UP ਦੇ ਵਿੱਚ ਮਾਨਯੋਗ ਸਵਾਮੀ ਜਿਹੜਾ ਆਦਿੱਤਿਆ ਨਾਥ ਯੋਗੀ ਜੀ ਨੇ ਲਿਆ, ਐਸਾ ਫੈਸਲਾ ਜਿਹੜਾ ਇੱਥੇ ਲੈਣਾ ਚਾਹੀਦਾ ਸੀ ਔਰ ਕਿਸਾਨਾਂ ਨੂੰ ਇੱਕਦਮ ਰਾਹਤ ਦੇਣੀ ਚਾਹੀਦੀ। ਉਸ ਤੋਂ ਬਾਅਦ ਜਿਹੜੀ ਉਸ ਰਾਹਤ ਤੋਂ ਬਾਅਦ ਅੱਗੇ ਉਹਨਾਂ ਦਾ ਕੀ ਕਰਨਾ ਕੀ ਨਹੀਂ ਕਰਨਾ ਉਹਦੀ ਇਨਕੁਆਇਰੀਆਂ ਬਾਅਦ 'ਚ ਬੈਠਦੀਆਂ ਰਹਿਣੀਆਂ ਚਾਹੀਦੀਆਂ, ਇੰਨਾ ਸਮਾਂ ਲੰਬਾ ਨਹੀਂ ਹੋਣਾ ਚਾਹੀਦਾ। ਦੇਖੋ, ਇਹ ਤਾਂ ਜਿਸ ਦਿਨ ਦੀ ਕਾਂਗਰਸ ਸਰਕਾਰ ਆਈ ਹੈ ਜਿੰਨੇ ਵੀ ਗੁੰਡਾ ਤੱਤਵ ਸੀ ਉਹਨਾਂ ਦੇ ਸਿਰ ਚੁੱਕ ਲਿਆ ਔਰ ਉਹਨਾਂ ਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਮਹਿਸੂਸ ਹੋ ਰਿਹਾ ਕਿ ਸਾਡੀ ਸਰਕਾਰ ਆ ਗਈ ਹੈ, ਜਿਹਦੇ ਕਰਕੇ ਉਹਨਾਂ ਨੂੰ ਆਏ ਦਿਨ ਅਸੀਂ ਦੇਖਦੇ ਹਾਂ ਸੜਕਾਂ ਦੇ ਉੱਤੇ ਗੋਲੀ ਚੱਲਣਾ, ਮਰਡਰ ਹੋਣਾ, ਪਰਸੋਂ ਹੀ Atari ਦੇ ਵਿੱਚ ਗੋਲੀ ਚੱਲੀ ਆ,
ਆਪਣੇ ਸਰਪੰਚ ਮਾਰ ਦਿੱਤਾ ਇੱਕ ਚਮਿਆਰੀ ਉੱਥੇ ਹੀ ਆ ਜਿਹਨਾਂ ਨੇ ਪਿੰਡ ਨਾਲ ਜਿਹੜਾ ਸੀ ਉੱਥੇ ਘਰ 'ਚ ਗੋਲੀਆਂ ਚਲਾਈਆਂ। ਸਰਦੂਲਗੜ੍ਹ ਹੋ ਗਿਆ, ਗੁਰਦਾਸਪੁਰ ਹੋ ਗਿਆ, ਰੋਜ਼ਾਨਾ ਅਸੀਂ ਦੇਖਿਆ ਜਾਈਏ ਤਾਂ ਅਗਰ ਘਟਨਾਵਾਂ ਨੂੰ ਅਸੀਂ ਦੇਖੀਏ ਤਾਂ ਮੇਰਾ ਖਿਆਲ ਕੋਈ ਐਸਾ ਦਿਨ ਨਹੀਂ ਹੋਣਾ ਜਿਸ ਦਿਨ ਗੁੰਡਾਗਰਦੀ ਦੀਆਂ ਜਿਹੜਾ ਨੰਗਾ ਨਾਚ ਪੰਜਾਬ 'ਚ ਨਹੀਂ ਹੋ ਰਿਹਾ। ਸੋ ਇਸ ਕਰਕੇ ਅਸੀਂ ਕਹਿੰਦੇ ਕਿ ਲਾਅ ਐਂਡ ਆਰਡਰ ਦੀ ਸਥਿਤੀ ਤਾਂ ਬਿਲਕੁਲ ਖਤਮ ਨਾ ਦੀ ਚੀਜ਼ ਹੈ, ਔਰ ਇੱਥੇ ਜਿਹੜਾ ਨੱਥ ਪਾਉਣ ਦੇ ਲਈ ਕੋਈ ਬੜਾ ਸਖਤ ਕਦਮ ਚੁੱਕਣੇ ਪੈਣਗੇ, ਨਹੀਂ ਤਾਂ ਕਾਂਗਰਸ ਦੇ ਕੋਲ ਸਰਕਾਰ ਆਈ ਉਹ ਆਪਣੇ ਬਦਲੇ ਦੀ ਭਾਵਨਾ ਦੇ ਨਾਲ ਕਿਸ ਤਰ੍ਹਾਂ ਦੂਸਰੀਆਂ ਪਾਰਟੀਆਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦੀ ਹੈ, ਉਹ ਐਸਾ ਇੱਕ ਉਹਨਾਂ ਦਾ ਇੱਕ ਨਜ਼ਰੀਆ ਬਣਿਆ।